ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਸ੍ਰੀ ਰਾਗ ਕੀ ਵਾਰ 86 ਅੰਗ ਦੇ ਉੱਪਰ 11ਵਾਂ ਸ਼ਬਦ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਲੋਕ ਮਹੱਲਾ ਤੀਜਾ, ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅੰਗ ਕਰਨ ਮਾਰਿਆ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ ਕਿ ਉਹੀ ਵਿਅਕਤੀ ਵਰਿਆਮ ਹੈ। ਵਰਿਆਮ ਕਹਿੰਦੇ ਨੇ ਬਹਾਦਰ ਨੂੰ, ਸੂਰਮਾ ਬਹਾਦਰ, ਸੂਰਮਾ ਵੀ ਉਹੀ ਹੈ, ਵਰਿਆਮ ਵੀ ਉਹੀ ਹੈ ਜਿਨ ਵਿੱਚੋਂ ਦੁਸ਼ਟ ਅੰਗ ਕਰਨ ਮਾਰਿਆ, ਜਿਹਨੇ ਹਿਰਦੇ ਦੇ ਵਿੱਚੋਂ ਜਿਹੜਾ ਸਾਰਿਆਂ ਨਾਲੋਂ ਭੈੜਾ ਦੁਸ਼ਟ ਹੈ ਹੰਕਾਰ, ਇਹਨੂੰ ਗੁਰਾਂ ਦੇ ਦਿੱਤੇ ਹੋਏ ਮੰਤਰ ਦੁਆਰਾ ਅਭਿਆਸ ਕਰਕੇ, ਬਾਣੀ ਪੜ੍ਹ ਕੇ, ਸੇਵਾ ਕਰਕੇ, ਸਾਰੇ ਯਤਨ ਦੇ ਨਾਲ ਕੋਸ਼ਿਸ਼ ਕਰਕੇ ਹਉਮੈ ਦੀਰਘ ਰੋਗ ਹੈ ਇਹਨੂੰ ਦੂਰ ਕੀਤਾ। ਜੋ 10,000 ਫੌਜ ਨਾਲ ਇਕੱਲਾ ਲੜੇ ਉਹਨੂੰ ਸੂਰਮਾ ਕਹਿੰਦੇ ਨੇ। ਜਿਹੜਾ ਅਣਗਿਣਤ ਫੌਜ ਨਾਲ ਇਕੱਲਾ ਲੜਦਾ ਉਹਨੂੰ ਵਰਿਆਮ ਕਹਿੰਦੇ ਨੇ। ਮਹਾਰਾਜ ਕਹਿੰਦੇ ਉਹ ਵਰਿਆਮ ਹੈ, ਵਰਿਆਮ ਸਭ ਤੋਂ ਤਕੜਾ ਯੋਧਾ ਜਿਹਨੇ ਅੰਦਰੋਂ ਹੰਕਾਰ ਨੂੰ ਮਾਰ ਲਿਆ ਆਪਣੇ। ਗੁਰਮੁਖ ਨਾਮ ਸਾਲਾਹੇ ਜਨਮ ਸਵਾਰਿਆ। ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ, ਮੁਖੀ ਗੁਰਾਂ ਕੋਲ ਬੈਠਦੇ ਨੇ, ਉਪਦੇਸ਼ ਲੈਂਦੇ ਨੇ, ਉਹਨਾਂ ਨੇ ਨਾਮ ਨੂੰ ਸਲਾਹ ਕੇ ਵਾਹਿਗੁਰੂ ਇੱਕ ਓਂਕਾਰ ਇੱਕ ਓਂਕਾਰ ਦਾ ਨਾਮ ਸੱਤ ਹੈ, ਇੱਕ ਓਂਕਾਰ ਸਤਨਾਮ, ਇੱਕ ਓਂਕਾਰ ਕਰਤਾ ਪੁਰਖ, ਇੱਕ ਓਂਕਾਰ ਨਿਰਭਉ, ਇੱਕ ਓਂਕਾਰ ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿ ਭੰਗ, ਗੁਰਪ੍ਰਸਾਦ, ਜਪ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸੋ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ, ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ, ਉਹਨਾਂ ਨੇ ਆਪਣੇ ਜਨਮ ਨੂੰ ਸਵਾਰਿਆ ਹੈ, ਸਫਲਾ ਕਰ ਲਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਆਪ ਹੋਆ ਸਦਾ ਮੁਕਤ ਸਭ ਕੁੱਲ ਨਿਸਤਾਰਿਆ। ਉਹ ਆਪ ਸਦਾ ਲਈ ਮੁਕਤ ਹੋ ਜਾਂਦਾ ਹੈ ਅਤੇ ਸਾਰੀਆਂ ਹੀ ਜਿਹੜੀਆਂ ਕੁਲਾਂ ਨੇ ਉਹਨਾਂ ਨੂੰ ਵੀ ਤਾਰ ਦਿੰਦਾ। ਕੁੱਲ ਜਿਹੜੇ ਉਹਨੂੰ ਮਿਲਣ ਵਾਲੇ ਜੀਵ ਨੇ ਉਹਨਾਂ ਨੂੰ ਵੀ ਤਾਰ ਦਿੰਦਾ, ਉਹ ਆਪਣੀਆਂ ਕੁਲਾਂ ਨੂੰ ਵੀ ਤਾਰ ਲੈਂਦਾ। ਸੋ ਹੁਣ ਸੱਚ ਦੁਆਰ ਨਾਮ ਪਿਆਰਿਆ, ਕਿਉਂਕਿ ਉਹ ਨਾਮ ਦੇ ਪਿਆਰ ਵਾਲੇ ਗੁਰਮੁਖ ਨੇ, ਉਹ ਨਾਮ ਨਾਲ ਪਿਆਰ ਕਰਨ ਵਾਲੇ ਸੱਜਣ ਨੇ। ਉਹਨਾਂ ਨੇ ਸੱਚ ਦੁਆਰਾ ਤੇ ਫਿਰ ਉਸ ਵਕਤ ਜਦੋਂ ਸੱਚ ਦੁਆਰਾ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਤਾਂ ਉਹ ਸੋਹਣ ਸੱਚ ਦੁਆਰ, ਉਹ ਸੱਚੇ ਦੁਆਰੇ ਉੱਤੇ ਫਿਰ ਸੋਭਨੀਕ ਲੱਗਦੇ ਨੇ, ਚੰਗੇ ਲੱਗਦੇ ਨੇ, ਕਿਉਂਕਿ ਚੰਗਾ ਬੰਦਾ ਹਰੇਕ ਨੂੰ ਹੀ ਚੰਗਾ ਲੱਗਦਾ। ਬਈ ਜਿਸਨੇ ਆਪਣੇ ਜੀਵਨ ਨੂੰ ਬਹੁਤ ਉੱਚਾ ਸੁੱਚਾ ਰੱਖਿਆ ਹੈ, ਸਾਰੀ ਦੁਨੀਆਂ ਉਹਦੀ ਮਹਿਮਾ ਹੀ ਕਰਦੀ ਹੈ। ਵੀ ਧੰਨ ਹੈ ਇਹ ਗੁਰਮੁਖ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਕਾਰਜ ਕੀਤਾ। ਸਤਿਗੁਰੂ ਵਿਸ਼ੇਸ਼ ਕਰਕੇ ਕਹਿੰਦੇ ਨੇ ਕਿਉਂਕਿ ਇਹਨੇ ਨਾਮ ਜਪਿਆ, ਨਾਮ ਨਾਲ ਪਿਆਰ ਕੀਤਾ, ਨਾਮ ਹੀ ਵੱਡੀ ਚੀਜ਼ ਹੈ। ਮਨਮੁਖ ਮਰਹਿ ਅਹੰਕਾਰ ਮਰਨ ਵਿਗਾੜਿਆ। ਮਨਮੁਖ ਜਿਹੜੇ ਬੰਦੇ ਨੇ ਉਹ ਹੰਕਾਰ ਦੇ ਵਿੱਚ ਹੀ ਮਰ ਜਾਂਦੇ ਨੇ, ਉਹਨਾਂ ਨੇ ਆਪਣਾ ਮਰਨਾ ਖਰਾਬ ਕਰ ਲਿਆ। ਗੁਰਮੁਖ ਜਨਮ ਸਵਾਰ ਕੇ ਜਾਂਦੇ ਨੇ, ਮਨਮੁਖ ਆਪਣੇ ਜਨਮ ਨੂੰ ਵਿਗਾੜ ਕੇ ਜਾਂਦੇ ਨੇ। ਸਭੋ ਵਰਤ ਹੈ ਹੁਕਮ ਕਿਆ ਕਰ ਹੈ ਵਿਚਾਰਿਆ।
ਹੁਣ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਵਿਚਾਰੇ ਜੀਵ ਆਪਣੇ ਆਪ ਕੀ ਕਰ ਸਕਦੇ ਨੇ, ਕਿਉਂਕਿ ਅਸਲ ਵਿੱਚ ਸਾਰਿਆਂ ਉੱਤੇ ਤਾਂ ਵਾਹਿਗੁਰੂ ਦਾ ਹੁਕਮ ਹੀ ਵਰਤ ਰਿਹਾ ਜਿਹਨੂੰ ਜਿੱਥੇ ਲਾ ਦਿੱਤਾ। ਪਰ ਜੇ ਇਸ ਪੁਕਾਰ ਨੂੰ, ਇਸ ਬਾਣੀ ਦੀ ਪੰਗਤੀ ਨੂੰ ਕੋਈ ਸੁਣਦਾ, ਉਹਨੂੰ ਪਤਾ ਕਿ ਮੈਂ ਠੀਕ ਨਹੀਂ, ਇੰਨਾ ਤਾਂ ਸਭ ਨੂੰ ਪਤਾ ਹੀ ਹੁੰਦਾ। ਪਰ ਮਹਾਰਾਜ ਕਹਿੰਦੇ ਨੇ ਕਰਨ ਕਰਾਉਣ ਵਾਲਾ ਵਾਹਿਗੁਰੂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਫਿਰ ਘੱਟੋ ਘੱਟ ਉਹਨੂੰ ਇੰਨੀ ਸੋਝੀ ਜੇ ਹੋ ਜੇ ਬੇਨਤੀ ਕਰ ਲਵੇ, ਕੁਛ ਨਾ ਕੁਛ ਹੱਥ ਪੱਲਾ ਮਾਰਦਾ, ਕੋਈ ਯਤਨ ਕਰਦਾ ਹੈ। ਆਪੋ ਦੂਜੇ ਲੱਗ ਖਸਮ ਵਿਸਾਰਿਆ, ਮਨਮੁਖਾਂ ਨੇ ਆਪ ਹੀ ਦੂਜੇ ਪਾਸੇ ਲੱਗ ਕੇ ਦਵੈਸ਼ ਭਾਅ ਚ ਲੱਗ ਕੇ ਮਾਲਕ ਨੂੰ ਭੁਲਾ ਛੱਡਿਆ। ਦਵੈਸ਼ ਇੱਕ ਪਰਮਾਤਮਾ, ਦੂਸਰੀ ਦਵੈਸ਼, ਇਹ ਜਿਹੜੀ ਮਾਇਆ, ਮਾਇਆ ਜਿਵੇਂ ਪਰਮੇਸ਼ਰ ਇੱਕ ਅਤੇ ਪਸਾਰਾ ਬਹੁਤ ਵੱਡਾ, ਇਸੇ ਤਰ੍ਹਾਂ ਮਾਇਆ ਦੂਜੇ ਨੰਬਰ 'ਤੇ ਆ, ਪਰ ਕਹਿਣ ਨੂੰ ਤਾਂ ਨਿੱਕੀ ਜੀ ਹੈ ਪਰ ਹੈ ਬਹੁਤ ਖਿਲਾਰਾ। ਇਹਦੇ ਖਿਲਾਰੇ ਦੇ ਵਿੱਚ ਹੀ ਜੀਵ ਫਸ ਜਾਂਦਾ। ਇੰਨਾ ਵੱਡਾ ਜਾਲ ਇਸ ਮਾਇਆ ਦਾ, ਕਿੰਨਾ ਹੀ ਕਹਿੰਦਾ ਕਹਾਉਂਦਾ ਵਿਅਕਤੀ ਹੋਵੇ, ਉਹਨੂੰ ਵੀ ਆਪਣੇ ਚੱਕਰ 'ਚ ਫਸਾ ਲੈਂਦੀ ਹੈ। ਨਾਨਕ ਬਿਨ ਨਾਵੈ ਸਭ ਦੁੱਖ ਸੁੱਖ ਵਿਸਾਰਿਆ, ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਸਾਰੇ ਹੀ ਦੁੱਖ ਆ ਕੇ ਲੱਗ ਜਾਂਦੇ ਨੇ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਨਾਮ ਤੋਂ ਬਿਨਾਂ ਸਾਰੇ ਕਰਮ ਦੁੱਖ ਰੂਪ ਨੇ। ਜਿੰਨੇ ਵੀ ਕੋਈ ਇਨਸਾਨ ਕਰਮ ਕਰਦਾ ਹੈ ਉਹ ਦੁੱਖ ਰੂਪ ਤਾਂ ਹੋ ਜਾਂਦੇ ਨੇ ਕਿਉਂਕਿ ਇਨਸਾਨ ਜਿੰਨੇ ਕਰਮ ਕਰਦਾ ਉਹਦਾ ਫਲ ਭੁਗਤਣ ਲਈ ਫੇਰ ਆਉਣਾ ਪੈਂਦਾ, ਚਾਹੇ ਉਹ ਚੰਗਾ ਕਰਦਾ ਪੁੰਨਾਂ ਵਾਲਾ ਕੰਮ, ਚਾਹੇ ਉਹ ਮੰਦਾ ਕਰਦਾ। ਪਰ ਜੇ ਨਾਮ ਜਪੇ ਤਾਂ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ। ਮਨਮੁਖਾਂ ਨੇ ਸੁੱਖ ਸਰੂਪ ਪਰਮੇਸ਼ਰ ਨੂੰ ਆਪਣੇ ਦਿਲ ਦੇ ਵਿੱਚੋਂ ਬਿਲਕੁਲ ਭੁਲਾ ਹੀ ਦਿੱਤਾ। ਇੱਕ ਵਾਰੀ ਵੀ ਵਾਹਿਗੁਰੂ ਕਹਿੰਦੇ ਨਹੀਂ ਹਨ 24 ਘੰਟੇ ਵਿੱਚ। ਮਹੱਲਾ ਤੀਜਾ, ਗੁਰਪੂਰੈ ਹਰ ਨਾਮ ਦੜਾਇਆ, ਤਿੰਨ ਵਿੱਚੋਂ ਭਰਮ ਚੁਕਾਇਆ। ਪੂਰਿਆਂ ਸਤਿਗੁਰਾਂ ਨੇ ਜਿਨ੍ਹਾਂ ਨੂੰ ਵਾਹਿਗੁਰੂ ਨਾਮ ਦ੍ਰਿੜ ਕਰਵਾ ਤਾ ਪੰਜਾਂ ਪਿਆਰਿਆਂ ਦੇ ਰਾਹੀਂ, ਉਹਨਾਂ ਨੇ ਹਿਰਦੇ ਵਿੱਚੋਂ ਭਰਮ ਦੂਰ ਕਰ ਦਿੱਤਾ। ਕਿਉਂਕਿ 9 ਸਰੂਪਾਂ ਤੱਕ ਤਾਂ ਪਹਿਲਾਂ ਨਾਮ ਦ੍ਰਿੜ ਕਰਾਉਂਦੇ ਸੀ ਸਤਿਗੁਰੂ ਆਪ, ਹੁਣ ਜਦੋਂ 10ਵਾਂ ਸਰੂਪ ਪ੍ਰਗਟ ਹੋਇਆ ਤਾਂ 5 ਪਿਆਰਿਆਂ ਦੇ ਰਾਹੀਂ ਹੀ ਦ੍ਰਿੜ ਕਰਾਉਣਗੇ। ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ। ਵਾਹਿਗੁਰੂ ਵਾਹਿਗੁਰੂ ਨਾਮ ਜਪ ਕੇ ਹਰੀ ਦੀ ਜਿਹੜੀ ਕੀਰਤੀ ਗਾਈ, ਸੋ ਜਸ ਕੀਰਤ ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਜਸ ਹੁੰਦਾ ਮੂੰਹ ਦੇ ਉੱਤੇ ਕਰਨਾ, ਬਾਅਦ ਵਿੱਚ ਨਿੰਦਿਆ ਕਰ ਦੇਣੀ, ਇਹ ਸੰਸਾਰ ਦੇ ਜੀਵਾਂ ਦਾ ਕਰਮ ਹੈ। ਪਰ ਕੀਰਤੀ ਹੁੰਦੀ ਬਾਅਦ ਵਿੱਚ ਕਰਨੀ। ਇਸ ਕਰਕੇ ਰੱਬ ਦੇ ਪਿਆਰੇ ਜੇ ਸੰਗਤ ਵਿੱਚ ਗੁਰਾਂ ਦੇ ਸਾਹਮਣੇ ਆਉਂਦੇ ਨੇ ਤਾਂ ਜਸ ਕਰਦੇ ਨੇ, ਜੇ ਪਰੇ ਚਲੇ ਜਾਂਦੇ ਨੇ ਤਾਂ ਕੀਰਤੀ ਕਰਦੇ ਨੇ। ਦੂਰੋਂ ਵੀ ਗੁਰਾਂ ਦੇ ਜਸ ਨੂੰ ਗਾਉਂਦੇ ਨੇ, ਮਹਿਮਾ ਕਰਦੇ ਨੇ, ਕਿਉਂਕਿ ਗੁਰਾਂ ਨੇ ਕਿਰਪਾ ਕੀਤੀ ਹੈ। ਕਰ ਚਾਨਣ ਮਾਗ ਦਿਖਾਇਆ, ਇਸ ਤੇ ਸਤਿਗੁਰੂ ਮਹਾਰਾਜ ਨੇ ਗੁਰਾਂ ਨੇ ਗਿਆਨ ਦਾ ਜਿਹੜਾ ਚਾਨਣ ਸੀ, ਚਾਨਣ ਕਰਕੇ ਪਰਮੇਸ਼ਰ ਪ੍ਰਾਪਤੀ ਦਾ ਰਾਹ ਦਿਖਾ ਤਾ ਇਹਨੂੰ। ਕਰ ਚਾਨਣ ਸਾਹਿਬ ਤੋ ਮਿਲੇ, ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ। ਉਹਨਾਂ ਨੇ ਹਉਮੈ ਨੂੰ ਮਾਰ ਦਿੱਤਾ ਆਪਣੇ ਅੰਦਰੋਂ। ਵੱਡੀ ਚੀਜ਼ ਹਉਮੈ ਹੀ ਆ, ਬਸ ਇਹਦੇ ਪਿੱਛੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ। ਕਾਮ ਕ੍ਰੋਧ ਲੋਭ ਮੋਹ ਤੱਕ ਤਾਂ ਇਨਸਾਨ ਜਿੱਤਦਾ ਜਿੱਤਦਾ ਕਾਫੀ ਹੱਦ ਤੱਕ ਪਹੁੰਚ ਜਾਂਦਾ, ਕਿਉਂਕਿ ਹਉਮੈ ਮਾਇਆ ਦੀ ਸਭ ਤੋਂ ਵੱਡੀ ਸ਼ਕਤੀ ਹੋਣ ਕਰਕੇ ਬ੍ਰਹਮ ਗਿਆਨ ਦੀਆਂ 7 ਭੂਮਿਕਾਂ ਵਿੱਚੋਂ 6 ਭੂਮਿਕਾਂ ਤੱਕ ਨਾਲ ਜਾਂਦੀ ਹੈ। 7ਵੀਂ ਭੂਮਿਕਾ ਵਿੱਚ ਜਾ ਕੇ ਮਾਇਆ ਦਾ ਪਰਦਾ ਟੁੱਟਦਾ ਤਾਂ ਹਉਮੈ ਦੀ ਨਿਵਿਰਤੀ ਹੁੰਦੀ। ਜਿੰਨੀ ਬਿਰਤੀ ਸੂਖਮ ਹੁੰਦੀ ਜਾਂਦੀ ਹੈ ਹਉਮੈ ਉਨੀ ਹੀ ਨਾਲ ਸੂਖਮ ਹੁੰਦੀ ਜਾਂਦੀ ਹੈ, ਪਰ ਰਹਿੰਦੀ ਨਾਲ ਹੀ ਹੈ। ਇਹ ਅੰਤ ਤੱਕ ਜੀਵ ਨੂੰ ਸਿੱਟਣ ਦਾ ਯਤਨ ਕਰਦੀ ਹੈ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਹਉਮੈ ਨੂੰ ਮਾਰਿਆ, ਪਰ ਮਾਰਿਆ ਕਿਵੇਂ, ਏਕ ਲਿਵ ਲੱਗੀ, ਜਿਨ੍ਹਾਂ ਦੇ ਮਨ ਦੇ ਅੰਦਰ ਸਿਰਫ ਇੱਕ ਓਅੰਕਾਰ ਵਿੱਚ ਲਿਵ ਲੱਗੀ ਹੈ,
ਉਹਨਾਂ ਨੇ ਅੰਤਰ ਨਾਮ ਵਸਾਇਆ, ਅੰਦਰ ਨਾਮ ਨੂੰ ਵਸਾ ਲਿਆ ਹੈ, ਉਹਨਾਂ ਦੇ ਅੰਦਰ ਹਉਮੈ ਦੀ ਨਿਵਿਰਤੀ ਹੋਈ ਹੈ। ਹਉਮੈ ਹੀ ਸਾਰਿਆਂ ਰੋਗਾਂ ਦਾ ਕਾਰਨ ਹੈ। ਹਉਮੈ ਹੀ ਸਾਨੂੰ ਸਿੱਖੀ ਨਹੀਂ ਕਮਾਉਣ ਦਿੰਦੀ। ਹਉਮੈ ਹੀ ਸਾਰੀਆਂ ਲੜਾਈਆਂ ਦਾ ਮੂਲ ਹੈ। ਹਉਮੈ ਨੇ ਹੀ ਸਾਰੀ ਦੁਨੀਆਂ ਨੂੰ ਗਲਤ ਰਾਹ ਤੇ ਲਾਇਆ। ਗੁਰਮਤੀ ਜਮ ਜੋਹੇ ਨਾ ਸਾਕੈ ਸੱਚੇ ਨਾਮ ਸਮਾਇਆ। ਸੱਚੇ ਨਾਮੀ ਵਿੱਚ ਸਮਾਉਣ ਕਰਕੇ ਤਾਂ ਜਿਹੜੇ ਗੁਰਮਤੀਏ ਸੀਗੇ, ਗੁਰਮਤ ਲੈਣ ਵਾਲੇ, ਉਹਨਾਂ ਨੂੰ ਜਮਦੂਤ ਤਾੜ ਕੇ ਨਹੀਂ ਦੇਖ ਸਕਦਾ। ਉਹਨਾਂ ਨੂੰ ਤਾਂ ਪ੍ਰੇਮ ਭਾਵਨਾ ਨਾਲ ਹੀ ਦੇਖਦਾ, ਹੱਥ ਜੋੜਦਾ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾ ਲਾਇਆ। ਮਹਾਰਾਜ ਕਹਿੰਦੇ ਉਹ ਕਰਤਾ ਪੁਰਖ ਸਾਰੀਆਂ ਜਗ੍ਹਾ ਦੇ ਉੱਤੇ ਆਪੇ ਆਪ ਹੀ ਤਾਂ ਵਿਆਪਕ ਹੋ ਰਿਹਾ, ਕੋਈ ਥਾਂ ਖਾਲੀ ਤਾਂ ਹੈ ਹੀ ਨਹੀਂ ਉਹਦੇ ਤੋਂ। ਕਹਿੰਦੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ, ਅਕਾਲ ਪੁਰਖ ਵਾਹਿਗੁਰੂ ਵਿਆਪਕ ਰੂਪ ਵਿੱਚ ਸਾਰੀ ਦੁਨੀਆਂ ਨੂੰ ਦੇਖੀ ਤਾਂ ਜਾ ਹੀ ਰਹੇ ਨੇ, ਹੁਣ ਵੀ ਦੇਖੀ ਜਾਂਦੇ ਨੇ। ਕਹਿੰਦੇ ਫਿਰ ਨਾਮ ਜਪਣ ਵਿੱਚ ਕਿਹਨੂੰ ਲਾਇਆ? ਕਹਿੰਦੇ ਜੋ ਭਾਵ ਹੈ ਉਹ ਪਤਾ ਨਹੀਂ ਲੱਗਦਾ ਵੀ ਉਹਨੂੰ ਕਿਹੜਾ ਚੰਗਾ ਲੱਗ ਗਿਆ। ਦੁਨੀਆਂ ਅੰਦਰ ਜਿਹੜਾ ਬੰਦਾ ਉਹਨੂੰ ਚੰਗਾ ਲੱਗਿਆ, ਉਹਨਾਂ ਨੂੰ ਪਕੜ ਕੇ ਉਹ ਨਾਮ ਜਪਣ ਲਾ ਲੈਂਦਾ। ਲੋਕ ਕਹਿੰਦੇ ਇਹ ਤਾਂ ਬੜਾ ਗਲਤ ਬੰਦਾ ਸੀ, ਇਹ ਬੰਦਾ ਤਾਂ ਐਂ ਸੀ, ਇਹ ਤਾਂ ਕੰਮਾਂ ਵਿੱਚ ਹੀ ਫਸਿਆ ਰਹਿੰਦਾ, ਹੁਣ ਇਹਨੂੰ ਪਤਾ ਨਹੀਂ ਕੀ ਹੋ ਗਿਆ, ਹੁਣ ਇਹ ਮਾਲਾ ਹੀ ਫੜੀ ਰੱਖਦਾ, ਹੁਣ ਇਹ ਗੁਰੂ ਘਰ 'ਚ ਹੀ ਬੈਠਾ ਰਹਿੰਦਾ, ਹੁਣ ਇਹ ਸੇਵਾ ਹੀ ਕਰੀ ਜਾਂਦਾ। ਸੋ ਮਹਾਰਾਜ ਕਹਿੰਦੇ ਉਹ ਕਿਉਂਕਿ ਉਹ ਭਾ ਗਿਆ ਉਹਨੂੰ ਵੀ ਆਹ ਬੰਦਾ ਠੀਕ ਹੈ, ਸਿੱਧਾ ਸਾਦਾ, ਕੋਈ ਵਲ ਛਾਲ ਨਹੀਂ, ਪ੍ਰੇਮ ਭਾਵਨਾ ਵਾਲਾ। ਇਸ ਕਰਕੇ ਜਦੋਂ ਜਿਹਦੀ ਪ੍ਰੇਮ ਭਾਵਨਾ ਦੇਖੀ, ਸਿੱਧਾ ਸੁਭਾਅ ਦੇਖਿਆ, ਸਰਲ ਜੇ ਮਨ ਵਾਲਾ ਦੇਖਿਆ, ਮਹਾਰਾਜ ਕਿਰਪਾ ਕਰਕੇ ਲਾ ਲੈਂਦੇ ਨੇ। ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪਿਆਖ ਨਾ ਜਾਪਈ ਜੇ ਕਿਸੇ ਆਣਾ ਰਾਸ, ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਜਿਹੜਾ ਨਾਮ ਵਿੱਚ ਲਾਇਆ ਸੀ, ਹੁਣ ਜੇ ਉਹ ਨਾਮ ਲੈਂਦਾ ਤਾਂ ਜਿਉਂਦਾ, ਉਹਦੀ ਅਵਸਥਾ ਇਹ ਜੀ ਬਣ ਗਈ, ਨਾਮ ਤੋਂ ਬਿਨਾਂ ਉਹ ਛਿਨ ਕਾਲ ਵਿੱਚ ਹੀ ਮਰ ਜਾਣਾ ਚਾਹੁੰਦਾ। ਆਪਦੀ ਵੀ ਸਤਿਗੁਰੂ ਅਵਸਥਾ ਕਥਨ ਕਰਦੇ ਨੇ ਕਿ ਅਸੀਂ ਤਾਂ ਆਪ ਭਾਈ ਨਾਮ ਲੈਂਦੇ ਹਾਂ ਤਾਂ ਜਿਉਂਦੇ ਹਾਂ, ਕਿਉਂਕਿ ਨਾਮ ਹੀ ਮੇਰਾ ਆਸਰਾ ਹੈ ਕਹਿੰਦੇ ਨੇ, ਨਾਮ ਹੀ ਮੇਰੀ ਖੁਰਾਕ ਭੋਜਨ ਹੈ, ਸਭ ਕੁਛ ਮੇਰਾ ਨਾਮ ਹੀ ਹੈ। ਨਾਮ ਤੋਂ ਬਿਨਾਂ ਇੱਕ ਖਿਨ ਵਿੱਚ ਹੀ ਜਿਵੇਂ ਜੀਵ ਚੜ੍ਹਾਈ ਕਰ ਜਾਂਦਾ, ਇਉਂ ਹੋ ਜਾਂਦਾ ਸਰੀਰ, ਅੱਖਾਂ ਜੀਵਾਂ ਵਿਸਰੈ ਮਰ ਜਾਓ। ਪੌੜੀ ਚੌਥੇ ਪਾਤਸ਼ਾਹ ਦੀਆਂ ਪੌੜੀਆਂ ਨੇ ਸਾਰੀਆਂ। ਜੋ ਮਿਲਿਆ ਹਰ ਦੀ ਬਾਣ ਸਿਉਂ, ਸੋ ਸਭਨੀ ਦੀ ਬਾਣੀ ਮਿਲਿਆ। ਜਿਹੜਾ ਬੰਦਾ ਵਾਹਿਗੁਰੂ ਦੇ ਸਤਸੰਗ ਰੂਪ ਸਭਾ ਦੇ ਨਾਲ ਮਿਲਿਆ, ਦੀ ਬਾਣ ਤੋਂ ਭਾਵ ਸਤਸੰਗਤ ਵਿੱਚ ਆ ਗਿਆ, ਸਭਾ ਵਿੱਚ ਆ ਗਿਆ, ਗੁਰਸਭਾ, ਸੰਤ ਸਭਾ, ਸੋ ਇਸੇ ਤਰ੍ਹਾਂ ਸਿੱਧ ਸਭਾ, ਸਾਧ ਸਭਾ, ਇਹ ਸਾਰੀਆਂ ਸਭਾ ਨੇ। ਮਹਾਰਾਜ ਕਹਿੰਦੇ ਉਹਨੂੰ ਸਾਰੀਆਂ ਸਭਾ ਨਾਲ ਮਿਲਿਆ ਨਿਸ਼ਚੇ ਕਰੋ। ਜਿਹੜਾ ਵਾਹਿਗੁਰੂ ਦੇ ਆਸਰੇ ਨਾਲ ਮਿਲਿਆ, ਉਹਨੂੰ ਸਾਰੇ ਆਸਰੇ ਮਿਲੇ ਜਾਣ ਲਓ। ਜਿੱਥੇ ਉਹ ਹੋ ਜਾਏ ਤਿੱਥੇ ਉਹ ਹੋ ਸੁਰਖਰੂ, ਉਸ ਕੈ ਮੋਹ ਡਿੱਠੈ ਸਭ ਪਾਪੀ ਤਰਿਆ। ਉਹ ਜਿੱਥੇ ਵੀ ਜਾਂਦਾ ਨਾਮ ਜਪਣ ਵਾਲਾ, ਉੱਥੇ ਸੁਰਖਰੂ ਹੀ ਹੁੰਦਾ। ਉਹਦਾ ਜਿਹੜਾ ਰੂਹ ਤੋਂ ਭਾਵ ਮੂੰਹ ਹੈ, ਮੁੱਖ ਹੈ, ਉਹ ਸੁਰਖ ਤੋਂ ਭਾਵ ਲਾਲ ਹੀ ਹੁੰਦਾ। ਉਹਦੇ ਮੂੰਹ ਵੇਖਿਆ, ਦਰਸ਼ਨ ਕੀਤਿਆਂ ਕਈ ਬੰਦਿਆਂ ਦੇ ਗੁਨਾਹ ਝੜ ਜਾਂਦੇ ਨੇ, ਪਾਪ ਝੜ ਜਾਂਦੇ ਨੇ, ਉਹਨਾਂ ਦੇ ਦਰਸ਼ਨ ਕੀਤਿਆਂ ਕਈ ਪਾਪੀ ਤਰ ਜਾਂਦੇ ਨੇ। ਉਹ ਕਿਉਂ? ਕਹਿੰਦੇ ਪਾਪੀ ਇਸ ਕਰਕੇ ਤਰ ਜਾਂਦੇ ਨੇ ਕਿਉਂਕਿ ਉਹ ਬੰਦੇ ਦੇ ਹਿਰਦੇ ਚ ਨਾਮ ਦਾ ਵਾਸਾ ਹੁੰਦਾ। ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ, ਉਹਦੇ ਅੰਦਰ ਨਾਮ ਦਾ ਖਜ਼ਾਨਾ ਹੈ, ਉਹ ਨਾਮ ਕਰਕੇ ਹੀ ਸੋਏ ਹਰ ਵਕਤ ਪਰਵਰਿਆ ਤੋਂ ਭਾਵ ਪਲਿਆ ਹੈ, ਨਾਮ ਨੇ ਹੀ ਉਹਨੂੰ ਪਾਲਿਆ ਹੈ, ਨਾਮ ਦੇ ਵਿੱਚ ਹੀ ਉਹ ਲੀਨ ਰਹਿੰਦਾ ਹੈ, ਇਸ ਕਰਕੇ ਉਹ ਨਾਮ ਦੇ ਨਾਲ ਹੀ ਜੁੜਿਆ ਰਹਿੰਦਾ, ਚਾਰੇ ਪਾਸੇ ਨਾਮ ਦਾ ਹੀ ਘੇਰਾ ਹੁੰਦਾ ਉਹਦੇ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਿਆ ਨਾ ਪਾਈ, ਨਾਉ ਪੂਜੀ ਐ ਨਾਉ ਮੰਨੀ ਐ
ਨਾ ਇਹ ਕਿਲ ਵਿਖ ਸਭ ਹਿਰਿਆ, ਉਹ ਨਾਮ ਨੂੰ ਹੀ ਪੂਜਦਾ ਹੈ ਕਿਉਂਕਿ ਉਹਨੂੰ ਪਤਾ ਕਿ ਪੂਜਾ ਕੀਚਾ ਨਾਮ ਤੇ ਆਈ ਹੈ, ਨਾਮ ਨੂੰ ਹੀ ਮੰਨਦਾ ਹੈ, ਉਹ ਨਾਮ ਕਰਕੇ ਹੀ ਉਹ ਵੀ ਪੂਜਿਆ ਜਾਂਦਾ, ਨਾਮ ਕਰਕੇ ਹੀ ਮਾਨਨੀਕ ਹੁੰਦਾ ਉਹ ਵੀ ਸੰਸਾਰ ਦੇ ਵਿੱਚ, ਨਾਮ ਦੇ ਬਲ ਕਰਕੇ ਉਹਨੇ ਸਾਰਿਆਂ ਪਾਪਾਂ ਨੂੰ ਦੂਰ ਕੀਤਾ ਆਪਣੇ ਅੰਦਰ, ਨਾ ਏ ਕਿਲ ਵਿਖ ਸਭ ਹਿਰਿਆ, ਜਿੰਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹੇ ਆ। ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਇਕਾਗਰ ਚਿੱਤ ਹੋ ਕੇ ਨਾਮ ਨੂੰ ਧਿਆਉਣਾ ਕੀਤਾ ਹੈ, ਪੂਰਾ ਇੱਕ ਹੀ ਹੋ ਗਿਆ ਨਾਮ ਦੇ ਨਾਲ, ਜਿਹਨੂੰ ਕੋਈ ਦੂਜਾ ਖਿਆਲ ਹੀ ਨਾ ਰਿਹਾ ਮਨ 'ਚ, ਜਿਹਦਾ ਸਿਰਫ ਨਾਮ ਦੇ ਵਿੱਚ ਹੀ ਮਨ ਜੁੜ ਗਿਆ। ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਇੱਕ ਚਿੱਤ ਹੋ ਕੇ ਇੱਕ ਚੇਤਨ ਪਰਮਾਤਮਾ ਨੂੰ ਧਿਆਉਣਾ ਕੀਤਾ ਨਾ, ਉਹ ਜਗਤ ਦੇ ਵਿੱਚ ਸਥਰ ਹੋ ਗਏ, ਅਟਲ ਹੋ ਗਏ ਨੇ। ਦੂਜਾ ਕੋਈ ਬੰਦਾ ਜੱਗ ਵਿੱਚ ਅਟਲ ਨਹੀਂ, ਜਦੋਂ ਚੜ੍ਹਾਈ ਕਰ ਗਿਆ ਸਭ ਲੋਕ ਉਹਦਾ ਨਾਂ ਭੁੱਲ ਜਾਂਦੇ ਨੇ। ਪਰ ਸਤਿਗੁਰੂ ਕਹਿੰਦੇ ਨਾਮ ਜਪਣ ਵਾਲੇ ਦਾ ਨਾਮ ਯੁੱਗਾਂ ਤੱਕ ਰਹਿੰਦਾ, ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ ਕੋਈ ਨਾ ਮੇਟਣ ਹਾਰਾ।